ਮੋਹੱਲਾ ਰਣਜੀਤ ਨਗਰ ਸ਼ਾਂਤੀਪੁਰਾ ਦੀਆਂ ਮਹਿਲਾਵਾਂ ਦੇ ਵੱਲੋਂ ਰਲ ਮਿਲ ਕੇ ਸੌਨ ਮਹੀਨੇ ਦਾ ਸੁੰਨੇਹਾ ਤੀਆਂ ਦਾ ਤਿਉਹਾਰ ਬੜੇ ਚਾਵਾਂ ਸਦਰਾਂ ਨਾਲ ਕਮਿਊਨਿਟੀ ਸੈਂਟਰ ਹਾਲ ਵਿੱਚ ਮਨਾਇਆ ਗਿਆ ਇਸ ਮੌਕੇ ਮਹਿਲਾਵਾਂ ਦੇ ਵੱਲੋਂ ਗੀਤ ਬੋਲੀਆਂ ਗਿੱਧਾ ਪੰਗੜਾ ਪਾਉਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਹਿਲਾਵਾਂ ਪੰਜਾਬੀ ਪਹਿਰਾਵੇ ਦੇ ਵਿੱਚ ਬੜੀਆਂ ਜੱਚਦੀਆਂ ਸਨ ਉਨਾ ਨੇ ਧੀਆਂ ਦੇ ਤਿਉਹਾਰ ਨੂੰ ਖੂਬਸੂਰਤ ਬਣਾਉਣ ਲਈ ਫੁਲਕਾਰੀਆਂ, ਚਰਖਾ, ਮਧਾਣੀ, ਪੱਖੀਆਂ, ਛੱਜ ਆਦਿ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਪ੍ਰਬੰਧਕ ਬੀਬੀ surjeet kaur ਦੇ ਵੱਲੋਂ ਕਿਹਾ ਗਿਆ ਕਿ ਅਜਿਹੇ ਤਿਉਹਾਰ ਸਾਡੀ ਸੱਭਿਆ ਸੱਭਿਆਤਾ ਦੇ ਨਾਲ ਸਾਨੂੰ ਜੋੜਦੇ ਨੇ ਜਿਸ ਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵਿਸੇ ਨਾਲ ਜੁੜੀਆਂ ਰਹਿੰਦੀਆਂ ਨੇ। ਇਸ ਸਮਾਗਮ ਦਾ ਸਾਰਾ ਪ੍ਰਬੰਧ ਮਹਿਲਾਵਾਂ ਦੇ ਵੱਲੋਂ ਰਲ ਮਿਲ ਕੇ ਕੀਤਾ ਗਿਆ ਜਿਸ ਦੇ ਵਿੱਚ ਖਾਣਾ, ਨਿਊਡਲ, ਕੋਲਡ ਡਰਿੰਕਸ ਆਦਿ ਵਿਚੰਗਾ ਪ੍ਰਬੰਧ ਕੀਤਾ ਗਿਆ ਸੀ ਇਸ ਸਮਾਗਮ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲਦਾ ਰਿਹਾ ਇਸ ਸਮਾਗਮ ਦੇ ਵਿੱਚ ਰਜਿੰਦਰਪਾਲ ਕੋਰ ਪ੍ਰਭਜੋਤ ਕੋਰ ਪਰਮਜੀਤ ਕੋਰ ਪੂਨਮ ਅਮਿਤਾ ਮਨਜੀਤ ਕੋਰ ਸਿਮੀ ਕਮਲੇਸ਼ ਸ਼ਰਮਾ ਹਰਜਿੰਦਰ ਕੋਰ ਟਿੰਗਰਾ ਤੋਂ ਇਲਾਵਾ ਹੋਰ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸਨ ਜਲੰਧਰ ਤੋਂ ਅੱਜ ਦੀ ਆਵਾਜ਼ ਦੇ ਲਈ ਮਲਕੀਤ ਸਿੰਘ ਬਰਾੜ ਦੀ ਰਿਪੋਰਟ ਮੋਹੱਲਾ ਰੰਜੀਤਨਗਰ ਸ਼ਾਂਤੀਪੁਰਾ ਦੀਆਂ ਮਹਿਲਾਵਾਂ ਦੇ ਵੱਲੋਂ ਰਲ ਮਿਲ ਕੇ ਸੌਨ ਮਹੀਨੇ ਦਾ ਸੁਨੇਹਾ ਤੀਆਂ ਦਾ ਤਿਉਹਾਰ ਬੜੇ ਚਾਵਾਂ ਸਦਰਾਂ ਨਾਲ ਕਮਿਊਨਿਟੀ ਸੈਂਟਰ ਹਾਲ ਵਿੱਚ ਮਨਾਇਆ ਗਿਆ ਇਸ ਮੌਕੇ ਮਹਿਲਾਵਾਂ ਦੇ ਵੱਲੋਂ ਗੀਤ ਬੋਲੀਆਂ ਗਿੱਧਾ ਪੰਗੜਾ ਪਾਉਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਹਿਲਾਵਾਂ ਪੰਜਾਬੀ ਪਹਿਰਾਵੇ ਦੇ ਵਿੱਚ ਬੜੀਆਂ ਜੱਚਦੀਆਂ ਸਨ ਉਨਾ ਨੇ ਧੀਆਂ ਦੇ ਤਿਉਹਾਰ ਨੂੰ ਖੂਬਸੂਰਤ ਬਣਾਉਣ ਲਈ ਫੁਲਕਾਰੀਆਂ, ਚਰਖਾ, ਮਧਾਣੀ, ਪੱਖੀਆਂ, ਛੱਜ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਪ੍ਰਬੰਧਕ ਬੀਬੀ surjeet kaur ਦੇ ਵੱਲੋਂ ਕਿਹਾ ਗਿਆ ਕਿ ਅਜਿਹੇ ਤਿਉਹਾਰ ਸਾਡੀ ਸੱਭਿਆ ਸਭਿਅਤਾ ਨਾਲ ਸਾਨੂੰ ਜੋੜਦੇ ਨੇ ਜਿਸ ਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵਿਸੇ ਨਾਲ ਜੁੜੀਆਂ ਰਹਿੰਦੀਆਂ ਨੇ। ਇਸ ਸਮਾਗਮ ਦਾ ਸਾਰਾ ਪ੍ਰਬੰਧ ਮਹਿਲਾਵਾਂ ਦੇ ਵੱਲੋਂ ਰਲ ਮਿਲ ਕੇ ਕੀਤਾ ਗਿਆ ਜਿਸ ਦੇ ਵਿੱਚ ਖਾਣਾ, ਨਿਊਡਲ, ਕੋਲਡ ਡਰਿੰਕਸ ਆਦਿ ਨਿਚੰਗਾ ਪ੍ਰਬੰਧ ਕੀਤਾ ਗਿਆ ਸੀ ਇਸ ਸਮਾਗਮ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲਦਾ ਰਿਹਾ ਇਸ ਸਮਾਗਮ ਦੇ ਵਿੱਚ ਰਜਿੰਦਰਪਾਲ ਕੋਰ ਪ੍ਰਭਜੋਤ ਕੋਰ ਪਰਮਜੀਤ ਕੋਰ ਪੂਨਮ ਅਮਿਤਾ ਮਨਜੀਤ ਕੋਰ ਸਿਮੀ ਕਮਲੇਸ਼ ਸ਼ਰਮਾ ਹਰਜਿੰਦਰ ਕੋਰ ਢਿੰਗਰਾ ਤੋਂ ਇਲਾਵਾ ਹੋਰ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸਨ ਜਲੰਧਰ ਤੋਂ ਅੱਜ ਦੀ ਆਵਾਜ਼ ਦੇ ਲਈ ਮਲਕੀਤ ਸਿੰਘ ਬਰਾੜ ਦੀ ਰਿਪੋਰਟ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਫੇਸਬੁਕ ਪੇਜ ਅੱਜ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਇਸ ਦੇ ਨਾਲ ਹੀ YouTube ਦੇ ਉੱਤੇ ਸਾਡੇ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਲੇਟੈਸਟ ਬ੍ਰੇਕਿੰਗ ਖਬਰਾਂ ਦੇ ਲਈ ਸਾਡੇ ਨਾਲ ਜੁੜੋ ਇਨਸਟਾਗ੍ਰਾਮ ਦੇ ਉਤੇ ਖਬਰਾਂ ਦੀ ਜਾਣਕਾਰੀ ਦੇ ਲਈ ਸਾਨੂੰ ਫੋਲੋ ਕਰੋ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਹੁਣ ਸਿਰਫ ਅੱਜ ਦੀ ਆਵਾਜ਼ ਦੇ ਉਤੇ ਅੱਜ ਦੀ ਆਵਾਜ਼ ਦੇ ਅਖਬਾਰ ਦਾ ਈ ਪੇਪਰ ਐਡੀਸ਼ਨ ਪੜਨ ਦੇ ਲਈ ਸਾਡੀ ਵੈਬਸਾਈਟ ਦੇ ਉਤੇ ਵਿਜ਼ਿਟ ਕਰੋ ਪੰਜਾਬ ਦਾ ਭਰੋਸੇਮੰਦ ਅਖਬਾਰ ਰੋਜ਼ਾਨਾ ਅੱਜ ਦੀ ਆਵਾਜ਼